ਬੈਠੇ ਨੇ ਉਹਨਾਂ ਨੂੰ ਚਾਹੀਦਾ ਰੋਟੀ ਰਾਟੀਆਂ ਖਾ ਕੇ ਮਾਲ ਡੰਗਰ ਦੇ ਪੱਠੇ ਬਣਾ ਕੇ ਮਾਲ ਦੇ ਅੱਗੇ ਪਾ ਕੇ ਖੁਰਲੀਆਂ ਭਰ ਕੇ ਤੇ ਮਾਲ ਦਾ ਮੂੰਹ ਬੰਨ ਕੇ ਪੈਸਿਆਂ ਚ ਬੋਝੇ ਪਾ ਕੇ ਅੱਖਾਂ ਚ ਤੇਲ ਪਾ ਕੇ ਸਿਰ ਚ ਸੁਰਮਾ ਜੁੱਤੀਆਂ ਗੋਡਿਆਂ ਨਾਲ ਬੰਨ ਕੇ ਹੱਥ ਜਲਾਬਾਂ ਫੜ ਕੇ ਫਟਾਫਟ ਪਹੁੰਚ ਜਾਓ ਤੇ ਖਬਰਾਂ ਸੁਣ ਲਓ। ਹੈਲੋ ਹੈਲੋ, ਅਸੀਂ ਲੌਨਿਕ ਤੋਂ ਬੋਲ ਰਹੇ ਹਾਂ। ਮੈਂ ਬੋਲ ਰਹੀ ਹਾਂ ਸਲਾਉਣੀ, ਹੁਣ ਤੁਸੀਂ ਮਲਕ ਅਸ਼ਰਫ ਕੋਲੋਂ ਖਬਰਾਂ ਸੁਣੋ। ਇਸ ਵੇਲੇ ਸਵੇਰ ਦੇ 8:50 ਹੋਏ ਨੇ, ਹੁਣ ਤੁਸੀਂ ਆਪਣੀਆਂ ਘੜੀਆਂ ਦਾ ਟਾਈਮ ਵੇਖ ਕੇ ਅੱਗੇ ਪਿੱਛੇ ਕਰ ਲੋ। ਅੱਜ ਐਤ ਨੂੰ ਦੇਵ ਨੂੰ ਮੰਗਲੇ ਤਰੀਕ ਨੂੰ ਅਫਤਾਈ ਤਾਈਆ ਤਾਂ ਇਹ ਖਬਰ ਮਿਲੀ ਹੈ ਸਾਈਵਾਲ ਦੇ ਕਬਰਸਤਾਨ ਦੇ ਵਿੱਚੋਂ 35 ਮੁਰਦੇ ਫਰਾਰ ਹੋ ਗਏ ਨੇ। ਅੱਜ ਦੀ ਅਖਬਾਰ ਚ ਆਇਆ ਪੱਤੋ ਪਹੁੰਚ ਗਏ ਨੇ, ਪੱਤੋ ਦੇ ਸਾਹਿਬਾਨਾਂ ਨੇ 10 ਫਾਲੇ ਨੇ 5 ਸਿਨੇਮਾ ਵੇਖਣ ਚਲੇ ਗਏ ਨੇ। ਪੱਤੋ ਦੇ ਸਾਹਿਬਾਨਾਂ ਨੇ ਕਿਰਾਏ ਤੇ ਜਹਾਜ਼ ਨੂੰ ਮੁਰਦਿਆਂ ਦੇ ਪਿੱਛੇ ਲਾ ਦਿੱਤਾ। ਮੁਰਦਿਆਂ ਨੇ ਇਹ ਕੰਮ ਕੀਤਾ, ਜਹਾਜ਼ ਦੇ ਚਾਰੇ ਟਾਇਰ ਲਾਲ ਅੰਜਾਜ਼ ਹੌਲਾ ਹੋ ਕੇ ਸਮਾਨ ਪਾੜ ਕੇ ਉਤਾਂ ਨੂੰ ਚੜ ਗਿਆ। ਇਹ ਖਬਰਾਂ ਤੁਹਾਡੇ ਕੰਨਾਂ ਵਿੱਚ ਜ਼ਬਰਦਸਤੀ ਤਸੀਆਂ ਜਾ ਰਹੀਆਂ ਨੇ ਸਿਆਣਾ। ਤਾਈਆ ਦਾ ਇਹ ਖਬਰ ਲਈ ਪਾਕਿਸਤਾਨੀ ਪੁਲ ਦਾ ਵਾਕਿਆ, ਉੱਥੇ ਡੱਡੂ ਨਿਕਲਿਆ ਬੱਸ ਦੇ ਨਾਲ ਵੱਜਾ, ਬੱਸ ਚੱਕਣਾ ਚੂਰ ਹੋ ਗਏ, 36 ਆਦਮੀ ਹਲਾਕ ਹੋ ਗਏ ਨੇ, 8 ਜ਼ਮੀਨ ਚ ਦੱਬੇ ਗਏ ਨੇ। ਹਾਈਡ ਵੱਲੋਂ ਕਿਸੇ ਵਾਕਿਆ ਉੱਥੇ ਮੁਰਦਿਆਂ ਨੇ ਅਪੀਲ ਕੀਤੀ ਹੈ, ਸਾਡੀਆਂ ਕਬਰਾਂ ਵਿੱਚ VCR ਤੇ ਟੈਲੀਵਿਜ਼ਨ ਨਾ ਲਵਾਏ ਗਏ ਤੇ ਮਰਨ ਤੋਂ ਇਨਕਾਰ ਕਰ ਦਿਆਂਗੇ। ਇੱਕ ਗੁੰਮਸ਼ੁਦਾ ਬੱਚੇ ਦੀ ਤਲਾਸ਼ ਹੈ ਜਿਹਦੀ ਉਮਰ 180 ਸਾਲ ਹੈ। ਉਹਨੇ ਐਨਕ ਥਾਂ ਜੁੱਤੀ ਪਾਈ ਹੈ, ਜਿੱਥੇ ਤਾਂ ਤੈਨਕ ਕਮੀਜ਼ ਥਾਂ ਸਲਵਾਰ ਪਾਈ ਹੈ, ਸਲਵਾਰ ਥਾਂ ਕਮੀਜ਼। ਮਾਂ ਦਾ ਨਾਮ ਮੋਮਬੱਤੀ, ਪਿਓ ਦਾ ਨਾਮ ਦੀਵਾ ਦੱਸਦਾ। ਜਿਸ ਭਾਈ ਸਾਹਿਬ ਨੂੰ ਮਿਲਿਆ ਫੜ ਕੇ ਦੇ ਫੁੱਲ ਚ ਤੁੰਨ ਦਿਓ, ਸਾਨੂੰ ਦੀ ਕੋਈ ਲੋੜ ਨਹੀਂ। ਮਹਿਕਮਾ ਮੌਸਮ ਯਾਦ ਕੀ ਪੇਸ਼ਗੋਈ ਕੇ ਮੁਤਾਬਕ ਪਿਛਲੇ 24 ਘੰਟੋ ਕੇ ਦੌਰਾਨ ਆਸੇ ਪਾਸੇ ਸਾਰੇ ਇਲਾਕੇ ਉੱਤੇ ਗੜਾ ਪੈਣ ਦਾ ਮਕਾਨ ਹੈ। ਜਿਹੜੇ ਭਾਈ ਖਬਰਾਂ ਸੁਣਦੇ ਪਏ ਨੇ, ਇਹਨਾਂ ਉੱਤੇ ਕੋਕੋਕੋਲਾ ਤੇ ਫੈਂਟੇ ਦੀ ਬਾਰਿਸ਼ ਹੋਵੇਗੀ, ਆਸੇ ਪਾਸੇ ਚੱਕਣ ਵਾਲਿਆਂ ਤੇ ਇੱਟਾਂ ਰੋੜੇ ਕੱਟਾ ਵਰਸਾਇਆ ਜਾਏਗਾ। ਜਿਨ੍ਹਾਂ ਭਾਈਆਂ ਨੇ ਖਬਰਾਂ ਦੀ ਫਰਮਾਇਸ਼ ਕੀਤੀ ਹੈ ਉਹਨਾਂ ਦੇ ਨਾਂ ਰਾਜਵਾਲ ਤੋਂ ਫਰਮਾਇਸ਼ ਕਰਦੇ ਨੇ ਕੱਟੀਆਂ ਕੱਟ ਦੇ ਨਾਲ ਦੇ ਸਾਥੀ, ਠੀਂਗ ਮੋੜ ਤੋਂ ਫਰਮਾਇਸ਼ ਕਰਦੇ ਸੜੀਆਂ ਰੋਟੀਆਂ ਸੜਿਆ ਤਵਾ, ਲਾਹੌਰ ਤੋਂ ਫਰਮਾਇਸ਼ ਕਰਦੇ ਨੇ ਸਰੀਨ ਪ੍ਰਵੀਨ ਮਸਕੀਨ ਯਤੀਮ ਜਵੇਦ ਬਾਕੀ ਉਹਨਾਂ ਦੀ ਬੇਬੇ, ਕਸੂਰ ਤੋਂ ਫਰਮਾਇਸ਼ ਕਰਦਾ ਕੇਟੂ ਥੌੜਾ ਬਗਲਾ ਬਾਕੀ ਉਹਨਾਂ ਦੀ ਮਾਸੀ ਫੁੱਪੀ ਮਾਚਸ। ਖਬਰਾਂ ਖਤਮ ਹੋਈਆਂ।